ਨਾਣਾ ਸ਼ਾਹੂਕਾਰ ਦਾ ਇੱਥੇ ਕਹਿੰਦੇ ਹਨ ਗੁਰੂ ਜੀ ਭਾਵ ਚੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮ ਪ੍ਰਵਾਨ ਗਣੀ ਸੀ ਇਹ ਆਏ ਸਫਲ ਤਿਨਾ ਕੇ ਕੰਮ ਹੇ ਵਾਹਿਗੁਰੂ ਸ਼ਾਹੂਕਾਰ ਦਾ ਤੇਰੇ ਸੰਤ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ੁਰ ਦਾ ਨਾਮ ਰੂਪੀ ਧਨ ਜਮ੍ਹਾਂ ਹੈ ਉਹਨਾਂ ਦਾ ਆਉਣਾ ਹੀ ਸੰਸਾਰ ਤੇ ਪ੍ਰਵਾਨ ਨਹੀਂ ਕਹਿਤੇ ਸਫਲਾ ਹੈ ਔਰ ਉਹਨਾਂ ਦੇ ਕੰਮ ਪਰਉਪਕਾਰ ਆਦਿ ਇਹ ਵੀ ਸਫਲੇ ਹਨ ਮੇਰੇ ਰਾਮ ਹਰ ਜਨ ਕੇ ਹਉ ਬਲ ਜਾਈ ਕੇਸਾਂ ਕਾ ਕਰ ਚਮਲ ਪ੍ਰਧਾਮ ਚਰਨ ਧੂੜ ਮੁਖ ਲਾਈ ਜਨ ਮਨ ਦੋਹੂੰ ਮੈਂ ਨਾਹੀ ਜਨ ਪਰਉਪਕਾਰੀ ਆਏ ਜੀਏ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਹਾਂਜੀ ਇੱਕ ਦਫ਼ਾ ਇੱਕ ਕੋਈ ਰਾਜਾ ਜਿਸਨੂੰ ਚੰਗੇ ਚੰਗੇ ਸੇਜਾਂ ਉੱਪਰ ਸੌਣ ਦਾ ਸ਼ੌਕ ਸੀ ਮਾਲੀ ਔਰ ਹੋਰ ਮੁਲਾਜ਼ਮ ਉਸਦੇ ਬਿਸਤਰ 'ਤੇ ਅੱਛੇ ਅੱਛੇ ਫੁੱਲ ਵਿਛਾਉਂਦੇ ਇਹੋ ਜਿਹੇ ਬਿਸਤਰੇ 'ਤੇ ਉਹ ਸੌਂਦਾ ਇੱਕ ਦਿਨ ਉਸਦੀ ਮਾਲਣ ਨੇ ਬੜੇ ਫੁੱਲ ਇਕੱਠੇ ਕੀਤੇ ਉਸਦੇ ਬਿਸਤਰੇ 'ਤੇ ਵਿਛਾਏ ਉਹਦੇ ਚਿੱਤ ਵਿੱਚ ਖਿਆਲ ਆ ਗਿਆ ਮਾਲਣ ਦੇ ਵੀ ਇਹੋ ਜਿਹੀ ਸੇਜਾ 'ਤੇ ਰਾਜਾ ਨੂੰ ਪਤਾ ਨਹੀਂ ਕਹੀ ਵੀ ਚੰਗੀ ਨੀਂਦ ਆਉਂਦੀ ਹੋਵੇਗੀ ਸਾਸੇ ਨੀਂਦ ਤਾਂ ਤਦ ਆਉਂਦੀ ਹੈ ਜੇ ਮਨ ਸ਼ਾਂਤ ਹੋਵੇ ਭਾਵੇਂ ਰੋੜਾਂ 'ਤੇ ਪੈ ਜਾਵੇ ਉੱਥੇ ਵੀ ਸੁਣ ਨੀਂਦ ਆ ਜਾਏਗੀ ਅਗਰ ਮਨ ਸ਼ਾਂਤ ਨਹੀਂ ਮਹੋਲੇ ਤੁਸੀਂ ਬਿਸਤਰੇ ਵੀ ਕਿਸੇ ਕੰਮ ਹਾਂ ਖੈਰ ਉਹਦਾ ਖਿਆਲ ਸੀ ਉਹਨੇ ਸੋਚਿਆ ਪਤਾ ਨਹੀਂ ਕਿੰਨੀ ਚੰਗੀ ਨੀਂਦ ਆਉਂਦੀ ਹੋਣੀ ਹੈ ਰਾਜਾ ਨੂੰ ਅਜੇ ਜੇ ਬਿਸਤਰੇ 'ਤੇ ਮੈਂ ਵੀ ਥੋੜ੍ਹਾ ਜਿਹਾ ਸੌਂ ਕੇ ਦੇਖ ਲਾਂ ਉਸ ਬਿਸਤਰੇ 'ਤੇ ਲੇਟ ਵਿਚਾਰੀ ਥੱਕੀ ਹੋਈ ਸੀ ਉਹਨੂੰ ਆ ਗਈ ਨਹੀਂ ਉੱਧਰੋਂ ਆ ਗਿਆ ਰਾਜਾ ਇੱਕ ਅਦਨਾ ਜਿਹਾ ਗੁਲਾਮ ਨੂੰ ਆਪਣੇ ਬਿਸਤਰੇ ਉੱਪਰ ਪਿਆ ਦੇਖ ਕੇ ਉਸਨੂੰ ਬੜਾ ਗੁੱਸਾ ਆਇਆ ਸੋ ਇਹ ਤਾਂ ਗਲਤੀ ਸੀ ਉਸਦੀ ਰਾਜਾ ਦੇ ਹੱਥ ਵਿੱਚ ਬੈਤ ਸੀ ਇੱਕ ਦੋ ਚਾਰ ਬੈਤਾਂ ਲਗਾਈਆਂ ਹੁਣ ਜਾਗ ਆਈ ਮਾਲਣ ਕੁਛ ਹੱਸਦੀ ਵੀ ਹੈ ਨਾਲੇ ਰੋਂਦੀ ਹੈ ਰਾਜਾ ਕਹਿਣ ਲੱਗਿਆ ਮਾਲਣ ਰੋਂਦੀ ਤਾਂ ਮੈਨੂੰ ਪਤਾ ਹੈ ਤੂੰ ਤਾਂ ਹੈ ਤੇਰੇ ਬੈਤਾਂ ਲੱਗੀਆਂ ਸੱਟਾਂ ਵੱਜੀਆਂ ਜਿਹਨੂੰ ਦੁੱਖ ਹੁੰਦਾ ਰੋਂਦਾ ਹੀ ਹੁੰਦਾ ਹੱਸਦੀ ਕਿਉਂ ਹੈ ਚੁੱਪ ਹੈ ਫਿਰ ਕਹਿਣ ਲੱਗਾ ਮੇਰੇ ਗੱਲ ਦਾ ਜਵਾਬ ਦੇ ਫਿਰ ਨਹੀਂ ਬੋਲੀ ਤੀਜੀ ਦਫ਼ਾ ਕਹਿਣ ਲੱਗਾ ਮੇਰੀ ਗੱਲ ਦਾ ਜਵਾਬ ਦੇ ਨਹੀਂ ਬੈਤਾਂ ਨਾਲ ਬੁਰੀ ਹਾਲਤ ਕਰਾਂ ਹੱਥ ਬੰਨ ਕੇ ਕਹਿਣਗੇ ਸਰਕਾਰ ਮੇਰੀ ਗਲਤੀ ਹੈ ਮੇਰਾ ਹੱਕ ਨਹੀਂ ਸੀ ਆਪ ਮਹਾਰਾਜਾ ਮੈਂ ਆਪਦੇ ਅਦਨਾ ਜਾਂ ਗੁਲਾਮ ਆਪਦੇ ਬਿਸਤਰੇ 'ਤੇ ਪਵਾਂ ਮੇਰਾ ਕੀ ਹੱਕ ਹੈ ਮੇਰੀ ਬੜੀ ਭਾਰੀ ਗਲਤੀ ਹੈ ਮੇਰੇ ਜਿਹੜੀਆਂ ਬੈਠਾਂ ਪਈਆਂ ਠੀਕ ਹੀ ਪਈਆਂ ਪਰ ਇਹ ਤਾਂ ਮੈਂ ਰੋਂਦੀ ਹਾਂ ਦੁੱਖ ਹੋਇਆ ਹੱਸਣ ਦਾ ਕਾਰਨ ਤਾਂ ਇਹ ਹੈ ਵੀ ਮੈਂ ਪਤਾ ਹੀ ਦੋ ਚਾਰ ਦਸ ਮਿੰਟ ਇਸ ਬਿਸਤਰੇ 'ਤੇ ਪਈ ਮੇਰੇ ਇੰਨੀਆਂ ਬੈਠਾਂ ਪਈਆਂ ਤੁਸੀਂ ਰੋਜ਼ ਇਸ 'ਤੇ ਸੁਣਦੇ ਹੋ ਪਤਾ ਨਹੀਂ ਜਮਦੂਤ ਤੁਹਾਨੂੰ ਕਿੰਨਾ ਕੁੱਟਣਗੇ ਇਹ ਗੱਲ ਜਦੋਂ ਕਹੀ ਰਾਜੇ ਦੇ ਚਿੱਤ ਵਿੱਚ ਇਹ ਪੀਰ ਵਾਂਗ ਖੂ ਗਈ ਵਕਤ ਦਾ ਅਹਿਸਾਸ ਕੋਈ ਬਚਨ ਕਿਸੇ ਵੇਲੇ ਦਾ ਕਾਟ ਕਰ ਜਾਇਆ ਕਰਦਾ ਹੈ ਸੋ ਉਦੋਂ ਤੋਂ ਰਾਜਾ ਨੂੰ ਵੈਰਾਗ ਹੋ ਗਿਆ ਪਹਿਲਾਂ ਕੁਛ ਭਗਤੀ ਕਰਦੇ ਹੀ ਹੋਣੇ ਤਾਂ ਇਹੋ ਜਿਹੀ ਹਾਲਤ ਹੁੰਦੀ ਵੈਰਾਗ ਹੋ ਗਿਆ ਨੇ ਸੋਚਿਆ ਕੁਛ ਨਹੀਂ ਦੁਨੀਆ ਚੰਦ ਰੋਜ਼ਾ ਹੈ ਫਿਰ ਵੀ ਛੱਡ ਜਾਣੀ ਹੈ ਪਹਿਲਾਂ ਕਿਉਂ ਨਾ ਛੱਡ ਦੀ ਉਸਦਾ ਲੜਕਾ ਰਾਜ ਭਾਗ ਦੇ ਲਾਇਕ ਸੀ ਜਵਾਨ ਸੀ ਉਸਨੂੰ ਰਾਜਗੱਦੀ ਦੇ ਕੇ ਆਪ ਰਾਜ ਫਕੀਰ ਸਾਧੂ ਬਣ ਗਿਆ ਕਿਸੇ ਇਕਾਂਤ ਬਣ ਵਿੱਚ ਰਹਿ ਕੇ ਬੜੀ ਬੰਦਗੀ ਕੀਤੀ ਹੁਣ ਦਰਿਆ 'ਤੇ ਛੱਪਰੀ ਪੈ ਗਿਆ ਦਰਿਆ ਦੇ ਕਿਨਾਰੇ ਉੱਥੇ ਰਹਿੰਦਾ
ਇੱਕ ਦਿਨ ਉਸਦਾ ਲੜਕਾ ਜੋ ਰਾਜਾ ਸੀ ਉਸਨੂੰ ਖਿਆਲ ਆਇਆ ਵੀ ਅਸੀਂ ਦੇਖੋ ਕਿਹੋ ਜਿਹੇ ਅੱਛੇ ਅੱਛੇ ਰਾਜ ਮਹਿਲਾਂ ਵਿੱਚ ਰਹਿੰਦੇ ਹਾਂ, ਸਾਡੇ ਪਿਤਾ ਜੀ ਫੂਸ ਦੀਆਂ ਛੱਪੜੀਆਂ 'ਚ ਰਹਿੰਦੇ ਹਨ, ਕਿਉਂ ਨਾ ਉਹਨੂੰ ਇੱਥੇ ਲਿਆਂਦਾ ਜਾਵੇ, ਇੱਥੇ ਰਹਿਣਗੇ, ਅਸੀਂ ਉਹਨਾਂ ਦੀ ਸੇਵਾ ਕਰਾਂਗੇ। ਕੰਮ ਕਰ ਦਿੱਤਾ ਸੀ ਉਹਨਾਂ ਨੂੰ ਕਿਸੇ ਕਿਸੇ ਨੂੰ ਦਖਲ ਦੇਣਾ ਹੀ ਨਹੀਂ। ਖੈਰ ਉਹ ਆਪਣੇ ਪਿਤਾ ਨੂੰ ਸੰਤ ਨੂੰ ਲੈਣ ਵਾਸਤੇ ਰਾਜਾ, ਬਹੁਤ ਸਾਰੀ ਫੌਜ ਵੀ ਉਸਦੇ ਨਾਲ ਹੈ, ਬਹੁਤ ਸਾਰੇ ਅਹਿਲਕਾਰ ਵੀ ਨਾਲ ਹਨ, ਉੱਥੇ ਪਹੁੰਚਿਆ ਜਿੱਥੇ ਦਰਿਆ ਦੇ ਕਿਨਾਰੇ ਛੱਪਰੀ ਦੇ ਅੱਗੇ ਧੁੱਪ ਵਿੱਚ ਬੈਠਾ, ਸਰਦੀ ਦਾ ਮੌਸਮ ਸੀ, ਸੂਈ ਦੇ ਨਾਲ ਆਪਣੀ ਗੋਦਰੀ ਨੂੰ ਟਾਂਕੇ ਲਾ ਰਿਹਾ ਸੀ, ਜਾ ਕੇ ਮੱਥਾ ਟੇਕ ਕੇ ਬੈਠ ਗਿਆ। ਅਰਜ਼ ਕੀਤੀ, ਪਿਤਾ ਜੀ ਚਲੋ ਘਰ ਚਲੋ, ਅੱਛੇ ਮਹਿਲਾਂ ਵਿੱਚ ਚਲੋ, ਦੇਖੋ ਸੂਰ ਦੀ ਛੱਪਰੀ ਤੁਸੀਂ ਰਹਿੰਦੇ ਹੋ, ਉੱਥੇ ਅਸੀਂ ਤੁਹਾਡੀ ਸੇਵਾ ਕਰਾਂਗੇ, ਅਤੇ ਆਰਾਮ ਨਾਲ ਰਹੋ, ਭਜਨ ਹੀ ਕਰਨਾ, ਇੱਥੇ ਕੀਤਾ ਉੱਥੇ ਕੀਤਾ। ਇਹ ਸੁਣ ਕੇ ਉਹ ਕਹਿਣ ਲੱਗੇ, ਕਾਕਾ ਬੀਬਾ, ਮੈਂ ਬੜੀ ਦੇਰ ਤੱਕ ਉਹ ਰਾਜ ਪਾਠ ਕੀਤਾ, ਜਿੰਨਾ ਸੁੱਖ ਮੈਂ ਉੱਥੋਂ ਲੱਭਿਆ ਤੂੰ ਲੱਭ ਲਈ, ਜੇ ਸੱਚਮੁੱਚ ਹੀ ਉੱਥੇ ਵਿਸ਼ੇਸ਼ ਸੁੱਖ ਹੁੰਦਾ ਮੈਂ ਉਹਨੂੰ ਕਿਉਂ ਛੱਡਦਾ, ਤੈਨੂੰ ਅਜੇ ਸਮਝ ਨਹੀਂ, ਤੇਰੀ ਬੁੱਧ ਉੱਥੇ ਨਹੀਂ ਪਹੁੰਚੀ ਹੈ, ਜੇ ਪਹੁੰਚ ਗਈ ਤੈਨੂੰ ਵੀ ਪਤਾ ਲੱਗ ਜਾਏਗਾ ਅਸਲ ਸੁੱਖ ਕਿੱਥੇ ਹੈ। ਹੈ ਉਸਨੇ ਬੜਾ ਕਿਹਾ, ਪਿਤਾ ਜੀ ਭਜਨ ਹੀ ਕਰਨਾ ਹੈ, ਉੱਥੇ ਚੱਲ ਕੇ ਕਰੀਏ, ਅਸੀਂ ਤੁਹਾਨੂੰ ਕਿਸੇ ਕੰਮ ਕਾਰ ਵਿੱਚ ਤਾਂ ਨਹੀਂ ਚਿੰਤਾ ਫਿਕਰ 'ਚ ਨਹੀਂ ਪਾਉਂਦੇ, ਤੁਸੀਂ ਉੱਥੇ ਰਹੋ, ਬਸ ਅਸੀਂ ਤੁਹਾਡੀ ਸੇਵਾ ਕਰਾਂਗੇ, ਰਾਜ ਭਾਗ ਤੁਹਾਡਾ ਹੀ ਹੈ। ਠੀਕ ਹੈ, ਸਾਰੀ ਦੁਨੀਆ ਮੇਰੀ ਹੀ ਹੈ, ਜਿਸ ਦਾ ਕੁਛ ਵੀ ਨਹੀਂ ਸਾਸ, ਉਹ ਸਭ ਦੁਨੀਆ ਉਸੇ ਦੀ ਹੁੰਦੀ ਹੈ। ਹਾਂ, ਕੋਈ ਬਾਦਸ਼ਾਹ ਹੁੰਦਾ, ਚਾਹ ਗਈ ਚਿੰਤਾ ਮਿੱਟੀ, ਮਨੂ ਆਂਬੇ ਪ੍ਰਵਾਹ, ਜਿਸਕੋ ਕਛੂ ਨਾ ਚਾਹੀਏ ਸੋਈ ਸ਼ਹਿਨਸ਼ਾਹ। ਸਿਉਂ ਕਰਕੇ ਕਹਿਣ ਲੱਗੇ, ਜਾ ਬੜੀ ਦੇਰ ਤੱਕ ਮੈਂ ਰਾਜ ਕੀਤਾ, ਤੂੰ ਆਪਣਾ ਤੂੰ ਕਰ, ਪ੍ਰਜਾ ਨੂੰ ਸੁੱਖ ਦੇ। ਪਰ ਉਹ ਹਟ ਕਰ ਰਿਹਾ ਹੈ, ਪਿਤਾ ਜੀ ਜ਼ਰੂਰ ਚੱਲੋ। ਜਦੋਂ ਨਾ ਹੀ ਹਟਿਆ ਤਾਂ ਉਸ ਸਾਧੂ ਨੇ, ਉਸਦੇ ਪਿਤਾ ਨੇ ਉਹ ਸੂਈ ਜਿਸ ਨਾਲ ਟਾਂਕੇ ਜੇ ਲਗਾ ਰਿਹਾ ਸੀ ਗੋਦੜੀ ਨੂੰ, ਨਾਲ ਹੀ ਪਾਣੀ ਦਾ ਪ੍ਰਭਾਵ ਵਗਦਾ ਸੀ, ਕਿਨਾਰੇ 'ਤੇ ਅਸਲ ਮਸ਼ੀਨ ਬੈਠਾ ਸੀ, ਉਹ ਸੂਈ ਪਾਣੀ ਸਿੱਧ ਪਤਾ ਨਹੀਂ ਸੂਈ ਰੁੜ ਗਈ ਹੋਣੀ ਹੈ ਜਾਂ ਲੋਹਾ ਕਿਤਨਾ ਵੀ ਥੋੜ੍ਹਾ ਹੋਵੇ ਉਸ ਪਾਣੀ ਦੇ ਵਿੱਚ ਡੁੱਬ ਜਾਇਆ ਕਰਦਾ ਅਕਸਰ। ਖੈਰ ਉਹ ਪਤਾ ਨਹੀਂ ਸੂਈ ਕਿੱਥੇ ਚਲੀ ਗਈ ਹੋਣੀ ਹੈ, ਰੁੜ ਗਈ ਜਾਂ ਜਰਜਮ। ਕਹਿਣ ਲੱਗਾ ਬਈ, ਉਹ ਸਾਧੂ ਕਹਿੰਦਾ ਰਾਜਨ, ਕਹਿੰਦੇ ਜੇਕਰ ਮੈਨੂੰ ਲਿਜਾਣਾ ਹੈ ਤਾਂ ਮੇਰੀ ਸੂਈ ਨਿਕਲਵਾ ਦੇ। ਇਹ ਸੁਣ ਕੇ ਰਾਜਾ ਕਹਿੰਦੇ, ਪਿਤਾ ਜੀ ਕਿੰਨੀਆਂ ਗੱਲਾਂ ਕਰਦੇ ਤੁਸੀਂ, ਇੱਕ ਪੈਸੇ ਦੀਆਂ ਦਸ ਦੁਨੀਆਂ ਆ ਜਾਣ, ਇਹਦਾ ਕੀ ਖਿਆਲ, ਐਡਾ ਵੱਡਾ ਰਾਜ ਭਾਗ ਤੁਹਾਡਾ ਹੀ ਹੈ ਨਾ, ਅਸੀਂ ਤੁਹਾਡੇ ਸੇਵਾਦਾਰ ਹਾਂ, ਕਹਿਣਾ ਕੁਛ ਵੀ ਹੈ ਮੇਰੀ ਸੂਈ ਨਿਕਲਵਾ ਦੇ ਤਾਂ ਮੈਂ ਚੱਲੂੰਗਾ, ਵਰਨਾ ਮੈਂ ਨਹੀਂ ਜਾਵਾਂਗਾ। ਰਾਜਾ ਨੇ ਹੁਕਮ ਕੀਤਾ ਆਪਣੇ ਨੌਕਰਾਂ ਚੱਕਰ ਨੂੰ, ਫੌਜੀ ਸਿਪਾਹੀਆਂ ਨੂੰ ਕਿਹਾ, ਕਹਿੰਦਾ ਸੂਈ ਇਤਨੇ ਵੱਡੇ ਅਥਾਹ ਪਾਣੀ ਕਿੱਥੋਂ ਲੱਭੇ, ਹੋਰ ਤਫੀਰ ਅਹਿਲਕਾਰਾਂ ਨੇ ਵੀ ਚੁੱਭੀਆਂ ਮਾਰੀਆਂ, ਆਪ ਵੀ ਉਸਨੇ ਚੁੱਭੀਆਂ ਮਾਰੀਆਂ ਕਿ ਤੁਸੀਂ ਲੱਭੇ ਨਹੀਂ ਲੱਭੀ। ਅਖੀਰ ਕਹਿਣ ਲੱਗਾ, ਪਿਤਾ ਜੀ ਤੁਹਾਡਾ ਤੁਸੀਂ ਸਿਆਣੇ, ਐਡੇ ਵੱਡੇ ਅਥਾਹ ਪਾਣੀ ਸੂਈ ਕਿੱਥੋਂ ਲੱਭ ਜੂਗੀ। ਬਸ ਕਹਿਣ ਲੱਗਾ, ਆਈ ਗੱਲ ਆਈ ਤੇਰਾ ਰਾਜ, ਤੁਸੀਂ ਆਪੀ ਦੱਸੋ ਨਾ, ਐਡੇ ਵੱਡੇ ਅਥਾਹ ਆਪਣੇ ਇੰਨੀ ਛੋਟੀ ਮਾਮੂਲੀ ਸੂਈ ਕਿਵੇਂ ਲੱਭ ਸਕਦੀ, ਖਬਰ ਕਿੱਧਰ ਚਲੀ ਗਈ। ਇਤਨੇ ਨੂੰ ਉਸ ਸਾਧੂ ਨੇ ਆਵਾਜ਼ ਦਿੱਤੀ, ਬਰਨ ਦੇਵਤਾ ਖਵਾਜਾ ਖਿਜਰ ਜੀ ਨੂੰ ਕਹਿੰਦੇ ਨੇ ਪਾਣੀਆਂ ਦਾ ਰਾਜਾ ਹੈ, ਕਹਿਣ ਲੱਗਾ ਬਰਨ ਦੇਵਤਾ ਮਾਰੀ ਸੂਈ ਨਿਕਾਲੋ। ਇੰਨੀ ਗੱਲ ਕਹਿਣ ਦੀ ਦੇਰ ਸੀ, ਮੱਛੀ ਦੀ ਸ਼ਕਲ ਵਿੱਚ ਮੂੰਹ ਵਿੱਚ ਸੂਈ ਪਕੜੀ ਹੈ, ਮੂਹਰੇ ਲੈ ਰੱਖੀ ਸਾਧੂ, ਕਹਿੰਦੇ ਆ ਕਿੱਥੋਂ ਨਿਕਲਿਆ ਜੀ। ਚੁੱਪ, ਕਹਿਣੇ ਤੇਰ ਤੱਕ ਥੋੜੇ ਜਿਹੇ ਥਾਂ ਵਿੱਚ ਰਾਜ ਹੈ, ਸਾਡਾ ਤਾਂ ਹਰ ਥਾਂ ਹੀ ਹੁਕਮ ਚੱਲਦਾ ਹੈ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸਥਿਤੀ ਰਾਤੇ, ਸੱਚਾ ਸੁੱਖ ਸੱਚੀ ਵਡਿਆਈ, ਜਿਸਕੇ ਸੇ ਤਰੀ ਰਾਤੇ।
ਇੱਕ ਹੁੰਦਾ ਝੂਠਾ ਸੁਖ, ਇੱਕ ਸੱਚਾ ਸੁਖ। ਦੁਨਿਆਵੀ ਪਦਾਰਥਾਂ ਸੁਖ ਝੂਠਾ ਹੈ, ਇਹਦੇ ਵਿੱਚ ਦੁੱਖ ਮਿਲਿਆ ਹੋਇਆ ਹੈ, ਲੇਕਿਨ ਆਤਮ ਸੁਖ ਜਿਹੜਾ ਹੈ, ਭਜਨਾ ਸੁਖ, ਉਹ ਨਿਰੋਲ ਸੁਖ ਹੈ, ਸੱਚਾ ਸੁਖ ਹੈ। ਉਦੋਂ ਹੀ ਦੁੱਖ ਨਹੀਂ ਮਿਲਿਆ ਹੋਇਆ, ਦੁੱਖ ਦਾ ਨਾਮ ਲਿਖਣਾ ਨਹੀਂ ਹੈ। ਇਸ ਕਰਕੇ ਫਿਰ ਸਾਡਾ ਹੁਕਮ ਚਾਰ ਸਿਖਰੇ ਚੱਲਦਾ, ਤੇਰਾ ਆਪਣੀ ਆਪਣੀ ਫਰਜ਼ ਤੇ। ਇੱਥੇ ਗੁਰੂ ਜੀ ਦੱਸਦੇ ਸੱਚਾ ਸੁਖ ਸੱਚੀ ਵਡਿਆਈ, ਜਿਸ ਕਿਸੇ ਦਿਨ ਜਾਤੇ ਪੱਖਾ ਫੇਰੀ, ਪਾਣੀ ਠੋਵਾਂ ਹਰ ਜਨ ਕੇ ਭੀਸ਼ਣ ਭੀਸ਼ ਕਮਾਵਾਂ, ਨਾਨਕ ਕੀ ਪ੍ਰਭੂ ਪਾਤ ਬੇਨੰਤੀ, ਤੇਰੇ ਜਨ ਦੇਖਣ ਪਾ।